ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ 'ਚ ਬੀਤੇ ਦਿਨੀ ਕੁਝ ਅਣਪਛਾਤੇ ਵਿਅਕਤੀਆਂ ਨੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਰਾ ਦੇ ਹੋਏ ਕਤਲ ਦੇ ਮਾਮਲੇ 'ਚ ਸਿੱਖ ਐਂਕਰ ਹਰਮੀਤ ਸਿੰਘ ਇੱਕ ਵਾਰ ਫਿਰ ਕੈਮਰੇ ਸਾਹਮਣੇ ਆਇਆ ਅਤੇ ਉਸਨੇ ਪਾਕਿਸਤਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਾਏ ਅਤੇ ਪਾਕਿਸਤਾਨ 'ਚ ਇਸ ਤੋਂ ਪਹਿਲਾਂ ਹੋਏ ਸਿੱਖਾਂ ਦੇ ਕਤਲਾਂ ਬਾਰੇ ਵੀ ਕਈ ਵੱਡੇ ਖੁਲਾਸੇ ਕੀਤੇ। ਜੀ ਬਿਲਕੁਲ, ਅੱਜ ਜਿਸ ਤਰ੍ਹਾਂ ਮੇਰੇ ਛੋਟੇ ਵੀਰ ਦਾ ਪਰਵਿੰਦਰ ਸਿੰਘ ਦਾ ਜਿਸ ਤਰ੍ਹਾਂ ਮਰਡਰ ਹੋਇਆ ਅਤੇ ਉਸ ਤੋਂ ਬਾਅਦ ਅਸੀਂ ਵੇਖ ਰਹੇ ਹਾਂ ਕਿ 48 ਘੰਟਿਆਂ ਤੋਂ ਬਾਅਦ ਜ਼ਿਆਦਾ ਜਿਹੜਾ ਸਮਾਂ ਗੁਜ਼ਰ ਗਿਆ, ਉਸ ਦੇ ਬਾਵਜੂਦ ਜਿਸ ਤਰ੍ਹਾਂ ਮੀਡੀਆ ਨੇ ਇਸ ਸਟੋਰੀ ਨੂੰ ਜਿਸ ਤਰ੍ਹਾਂ ਹਾਈਲਾਈਟ ਕੀਤਾ, ਨਾਲ ਨਾਲ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਇੰਡੀਅਨ ਚੈਨਲ ਨੇ ਉਹਨਾਂ ਨੇ ਵੀ ਇਸ ਖਬਰ ਨੂੰ ਕਾਫੀ ਹਾਈਲਾਈਟ ਕੀਤਾ ਅਤੇ ਜਿਹੜੇ ਇੰਟਰਨੈਸ਼ਨਲ ਚੈਨਲ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਜ਼ਿਆਦਾ ਹਾਈਲਾਈਟ ਕੀਤਾ। ਲੇਕਿਨ ਉਸ ਦੇ ਬਾਵਜੂਦ 48 ਘੰਟਿਆਂ ਤੋਂ ਜ਼ਿਆਦਾ ਵਕਤ ਗੁਜ਼ਰ ਗਿਆ, ਪਰ ਮੇਰੇ ਭਰਾ ਦਾ ਕੋਈ, ਉਹਨਾਂ ਦੇ ਕਾਤਿਲਾਂ ਦਾ ਕੋਈ ਸੁਰਾਖ ਸਾਨੂੰ ਨਹੀਂ ਮਿਲਿਆ। ਅਤੇ ਅਫਸੋਸ ਦੀ ਗੱਲ ਇਹ, ਵੱਡੀ ਅਫਸੋਸ ਦੀ ਗੱਲ ਇਹ ਕਿ ਮੈਂ ਜਰਨਲਿਸਟ ਹਾਂ, ਰਿਪੋਰਟਰ ਹਾਂ, ਪਾਰਲੀਮੈਂਟ ਨੂੰ ਕਵਰ ਕਰਦਾ, ਪਾਕਿਸਤਾਨ ਦਾ ਪਹਿਲਾ ਸਿੱਖ ਨਿਊਜ਼ ਐਂਕਰ ਹਾਂ ਮੈਂ। ਜਦੋਂ ਮੇਰੀ ਇਹ ਹਾਲਤ ਹੋ ਸਕਦੀ ਹੈ ਤਾਂ ਇੱਕ ਸਾਧਾਰਨ ਸਿੱਖ ਦੀ ਕੀ ਹਾਲਤ ਹੋਏਗੀ? ਇਸ ਤੋਂ ਪਹਿਲਾਂ ਅਸੀਂ ਵੇਖੇ ਕਿ ਕਈ ਸਾਰੇ ਮਰਡਰ ਹੋਏ ਲੇਕਿਨ ਉਹਨਾਂ ਕੇਸਾਂ ਨੂੰ ਦਬਾ ਦਿੱਤਾ ਗਿਆ, ਕਿਸੇ ਕੇਸ ਨੂੰ ਅੱਗੇ ਜਾ ਕੇ ਪੁਲਿਸ ਦੀ ਇਨਵੈਸਟੀਗੇਸ਼ਨ ਤੱਕ ਹੀ ਮਾਮਲਾ ਦਬਾ ਕੇ ਅੱਜ ਅਸੀਂ ਵੇਖ ਰਹੇ ਹਾਂ ਕਿ ਉਹ ਸਿੱਖ ਫੈਮਲੀਆਂ ਪਾਕਿਸਤਾਨ ਤੋਂ ਸ਼ਿਫਟ ਹੋ ਕੇ ਚਲੀ ਗਈਆਂ ਨੇ। ਇਹਨਾਂ ਉਹਨਾਂ ਨੂੰ ਮਜਬੂਰ ਕੀਤਾ ਗਿਆ, ਕਾਤਿਲਾਂ ਨੇ ਨਾਲੇ ਕਤਲ ਕਰ ਦਿੱਤਾ ਅਤੇ ਨਾਲੇ ਨਾਲ ਉਸ ਫੈਮਲੀ ਨੂੰ ਇਤਨਾ ਮਜਬੂਰ ਕਰ ਦਿੱਤਾ ਕਿ ਅੱਜ ਉਹ ਫੈਮਲੀਆਂ ਪਾਕਿਸਤਾਨ ਤੋਂ ਚਲੀ ਗਈਆਂ ਨੇ। ਅੱਜ ਉਹੀ ਚੀਜ਼ ਦੁਬਾਰਾ ਕੀ ਜਾ ਰਹੀ ਹੈ ਸਾਡੇ ਨਾਲ ਕਿ ਤਕਰੀਬਨ ਮੈਂ ਵੇਖ ਰਿਹਾ ਕਿ ਅੱਜ ਕੋਈ ਫੈਡਰਲ ਮਿਨਿਸਟਰੀ ਤੋਂ ਕੋਈ ਬੰਦਾ ਨਹੀਂ ਆਇਆ, ਨਾ ਕੋਈ KPK ਗੌਰਮੈਂਟ ਤੋਂ ਕਿਸੇ ਨੁਮਾਇੰਦੇ ਨੇ, ਈਵਨ ਕਿ ਮਾਈਨੋਰਟੀਜ਼ ਦੇ ਨੁਮਾਇੰਦੇ ਨੇ ਸਿਰਫ ਫੋਨ ਕੀਤੀਆਂ, ਲੇਕਿਨ ਉਸ ਦੇ ਬਾਵਜੂਦ ਕੋਈ ਨੁਮਾਇੰਦਾ ਮੇਰੇ ਘਰ ਪੁੱਛਣ ਵਾਸਤੇ ਨਹੀਂ ਆਇਆ ਕਿ ਤੇਰੇ ਨਾਲ ਕੀ ਹੋਇਆ ਅਤੇ ਕੀ ਗੁਜ਼ਰ ਰਹੀ ਹੈ ਤੇਰੇ ਨਾਲ। ਅੱਜ ਮੈਂ ਲੋਸ ਕੀਤਾ, ਮੈਂ ਆਪਣੇ ਜਵਾਨ ਭਰਾ ਨੂੰ ਲੋਸ ਕੀਤਾ। ਮੈਨੂੰ ਪਤਾ ਕਿ ਇੱਕ ਭਰਾ ਨੂੰ, ਜਵਾਨ ਵੀਰ ਨੂੰ ਲੋਸ ਕਰਨਾ ਕਿੰਨਾ ਦੁਨੀਆ ਦਾ ਬੜਾ ਦੁੱਖ, ਉਸ ਤੋਂ ਹੋਰ ਹੋ ਨਹੀਂ ਸਕਦਾ। ਇਸ ਵੇਲੇ ਮੈਂ ਵੇਖ ਰਿਹਾ ਕਿ ਈਵਨ ਜੋ ਡਿਸਟ੍ਰਿਕਟ ਨੁਮਾਇੰਦੇ ਨੇ ਸਾਡੇ, DPO, DC, ਅਸਿਸਟੈਂਟ ਕਮਿਸ਼ਨਰ ਤੱਕ ਕੋਈ ਬੰਦਾ ਜਿਹੜਾ ਹੈ ਉਹ ਮੇਰੇ ਨਾਲ ਇੱਥੇ ਤਾਜ਼ੀਅਤ ਕਰਨ ਵਾਸਤੇ ਵੀ ਨਹੀਂ ਪਹੁੰਚਾ। ਤਾਂ ਸਾਡੀ ਹਾਲਤ ਇਹ ਆ ਇਸ ਵੇਲੇ ਕਿ ਈਵਨ ਇਹ ਮਾਈਨੋਰਿਟੀ ਦਾ ਇਸ਼ੂ ਵੀ ਹੈ ਅਤੇ ਨਾਲੋ ਨਾਲ ਇੱਕ ਮੀਡੀਆ ਜਿਹੜਾ ਮੀਡੀਆ ਦਾ ਮੈਂ ਨੁਮਾਇੰਦਾ, ਪੂਰੀ ਸਿੱਖ ਕਮਿਊਨਿਟੀ ਦੇ ਮੈਂ ਨੁਮਾਇੰਦਗੀ ਕਰ ਰਿਹਾ, ਲੇਕਿਨ ਮੇਰੀ ਇਹ ਹਾਲਤ ਆ, ਇੱਕ ਸਾਧਾਰਨ ਸਿੱਖ ਦੀ ਕੀ ਹਾਲਤ ਹੋਏਗੀ? ਅਤੇ ਮੇਰੀ ਗੁਜ਼ਾਰਿਸ਼ ਹੈ ਤਮਾਮ ਤਰ ਜਿੰਨੇ ਵੀ ਸਾਡੇ ਦੋਸਤ ਨੇ, ਚੈਨਲ ਵਾਲੇ ਦੋਸਤ ਨੇ, ਉਹਨਾਂ ਤੋਂ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਖਬਰ ਨੂੰ ਜਿੰਨਾ ਵੀ ਹੋ ਸਕੇ, ਜਿੰਨਾ ਵੀ ਤੁਸੀਂ ਅੱਗੇ ਜਾ ਕੇ ਇਸ ਖਬਰ ਨੂੰ ਫੈਲਾ ਸਕਦੇ ਹੋ, ਕਿਉਂਕਿ ਇਨਸਾਫ ਅੱਜ ਸਾਨੂੰ ਨਹੀਂ ਮਿਲੇਗਾ ਤਾਂ ਕੱਲ੍ਹ ਹੋਰ ਕਿਸੇ ਸਿੱਖ ਦੀ ਲਾਸ਼ ਜਿਹੜੀ ਹੈ ਕਿਸੇ ਕੋਨੇ ਵਿੱਚ, ਕਿਸੇ ਗਟਰ ਵਿੱਚ ਪਈ ਹੋਏਗੀ, ਅਤੇ ਉਹ ਲਾਸ਼ਾਂ ਫਿਰ ਉਠਾ ਕੇ ਸਾਨੂੰ ਜਿਹੜਾ ਹੈ ਬਹੁਤ ਉਹ ਦਿਨ ਫਿਰ ਸਾਨੂੰ ਵੇਖਣਾ ਪਏਗਾ ਅਤੇ ਦਿਨ ਬਹੁਤ ਔਖਾ ਹੋਏਗਾ। ਅਤੇ ਮੇਰੀ ਗੁਜ਼ਾਰਿਸ਼ ਹੈ ਤੁਸੀਂ ਸਾਡੇ ਵਾਸਤੇ ਆਵਾਜ਼ ਉਠਾਓਗੇ ਅਤੇ ਅੱਜ ਮੇਰੇ ਭਰਾ ਨੂੰ ਇਨਸਾਫ ਮਿਲੇਗਾ ਅਤੇ ਪਾਕਿਸਤਾਨ ਵਿੱਚ ਫਿਰ ਆ ਕੇ ਕਿਸੇ ਨੂੰ ਹਿੰਮਤ ਨਹੀਂ ਹੋਏਗੀ ਕਿਸੇ ਹੋਰ ਸਿੱਖ ਨੂੰ ਮਾਰਨ ਦੀ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਪਰਵਿੰਦਰ 5 ਜਨਵਰੀ ਨੂੰ ਖੈਬਰ ਪਖਤੂਨਖਵਾ ਇਲਾਕੇ ਦੇ ਸਾਂਗਲਾ ਤੋਂ ਆ ਰਹੇ ਸਨ, ਜਿੱਥੇ ਪਰਵਿੰਦਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪਿਸ਼ਾਵਰ ਦੇ ਚਮਕਾਨੀ ਇਲਾਕੇ 'ਚ GT ਰੋਡ 'ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ ਸੀ। ਇਸ ਕਤਲ ਕੇਸ ਵਿੱਚ ਪਿਸ਼ਾਵਰ ਪੁਲਿਸ ਮੌਜੂਦ ਜਾਣਕਾਰੀ, ਮੋਬਾਈਲ ਫੋਨ ਦਾ ਡਾਟਾ ਅਤੇ CCTV ਫੁਟੇਜ ਦੀ ਪੜਤਾਲ ਕਰਕੇ ਕਾਤਲਾਂ ਨੂੰ ਫੜਨ ਲਈ ਜਾਂਚ ਕਰ ਰਹੀ ਹੈ। ਨਿਊਜ਼ ਡੈਸਕ ਤੋਂ ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।